ਸਿਰਫ 2.5 ਫੁੱਟ ਆ ਭਾਜੀ, ਉਹਦੇ ਚ 2-2.5 ਸਾਲ ਦਾ ਬੱਚਾ ਵੀ ਨਹਾ ਸਕਦਾ, ਠੀਕ ਹੈ ਜੀ। ਜਿਹੜਾ ਉਰਲੀ ਸਾਈਡ ਹੈ, ਜਦੋਂ ਇਹ ਸਿਰਫ 5 ਮਿੰਟ ਕਰ ਰਹੇ ਸੀ, ਇਹਨਾਂ ਦੇ ਲਾਗੇ ਕੋਈ ਵੀ ਨਹੀਂ ਖੜਾ ਭਾਈ। 6 ਵਜੇ ਕਲੋਜ਼ਿੰਗ ਟਾਈਮ ਹੈ, ਤੁਸੀਂ ਸਾਈਡ ਤੇ ਦੇਖ ਲਓ, ਬੰਦਾ ਪੂਰੀ ਸਫਾਈ ਕਰ ਰਿਹਾ। ਕਲੋਜ਼ਿੰਗ ਟਾਈਮ ਸੀ ਵੀ ਤੁਸੀਂ ਐਂਟਰੀ ਨਹੀਂ ਦੇਣੀ ਸੀ ਭਾਈ, ਕਲੋਜ਼ਿੰਗ ਟਾਈਮ ਹੈ। ਜਿਹੜੇ ਪਹਿਲਾਂ ਦੇ ਆਏ ਹੈ ਉਹਨਾਂ ਦੀ ਕਲੋਜ਼ਿੂੰਗ ਟਾਈਮ ਹੈ ਵੀ ਵਾਜ ਦੇ ਦਿੱਤੀ ਸੀ ਭਾਈ, 7 ਮਿੰਟ ਦੀ ਵਾਰ ਦਾ, 7 ਮਿੰਟ ਦੀ ਗੱਲ ਹੈ। ਜਿਹੜੇ ਉਹ ਵਿੱਚ ਦੇਖੋ ਬਾਕੀ ਵੀ ਆ ਭਾਈ, ਕੱਪੜੇ ਪਾ ਕੇ ਨਿਕਲ ਰਹੇ, ਤੁਸੀਂ ਉਧਰ ਵੀ ਲਿਖਾਓ ਕੀ ਕੱਪੜੇ ਪਾ ਕੇ ਨਿਕਲ ਰਹੇ। ਉਸ ਵੇਲੇ ਘਟਨਾ ਹੋਈ ਕੀ ਸੀ ਭਾਈ? ਚਲੋ ਅਸੀਂ ਤਾਂ ਹੁਣ ਆਏ ਹਾਂ, ਉਹ ਜੰਪ ਮਾਰ ਰਿਹਾ ਵਾਰ ਵਾਰ ਜੀ, ਉਹ ਜੰਪ ਮਾਰ ਰਿਹਾ ਵਾਰ ਵਾਰ, ਉਹਦੇ ਨਾਲ ਦੇ ਬੱਚੇ ਉਹ ਵੀ ਜੰਪ ਮਾਰ ਰਹੇ ਆ। ਉਹਦੇ ਭਾਜੀ ਇੰਜਰੀ ਹੋਈ ਹੈ, ਸੱਟ ਲੱਗੀ ਕੁਛ ਨਹੀਂ, ਕੁਛ ਨਹੀਂ, ਉਸ਼ਾਲਾ ਮਾਰਿਆ ਪਾਣੀ ਦੇ, ਸਾਹ ਰੁਕਿਆ ਸੀ ਪਾਣੀ ਚ ਭਾਈ। ਇਹ ਹੁਣ ਭਾਈ ਆਪਾਂ ਨਹੀਂ ਕੁਛ ਕਹਿ ਸਕਦੇ, ਇਹ ਤਾਂ ਡਾਕਟਰ ਹੀ ਦੱਸਣਗੇ। ਨਹੀਂ ਤੁਸੀਂ ਜਦੋਂ ਉਸ ਮੌਕੇ ਕੱਢਿਆ ਤੇ ਭਾਈ, ਅਸੀਂ ਜਿਸ ਟਾਈਮ ਕੱਢਿਆ ਇਹਨਾਂ ਦੇ ਆਪਣੇ ਇਹਨਾਂ ਦੇ ਪਰਿਵਾਰ ਨੇ ਅੱਗੇ ਕੱਢਿਆ, ਉਹਨਾਂ ਨੇ ਪੰਪ ਦਿੱਤਾ, ਉਹਦੇ ਮੂੰਹ ਚੋਂ ਪਾਣੀ ਨਿਕਲਿਆ, ਸਵਾਸ ਹਲਕਾ ਹੀ ਕਰਦਾ ਸੀ, ਸਾਰਿਆਂ ਕਿਹਾ ਡਾਕਟਰ ਦੇ ਲੈ ਜਾਓ, ਠੀਕ ਆ। ਬਾਕੀ ਉਸ ਤੋਂ ਬਾਅਦ ਕੋਈ ਲੈ ਕੇ ਹੀ ਨਹੀਂ ਗਿਆ, ਤਾਂ ਕੀ ਕਰੀਏ ਸਰ? ਹੁਣ ਜਦੋਂ ਉਹਨੇ ਜੰਪ ਮਾਰਿਆ ਉਸ ਤੋਂ ਬਾਅਦ ਸਰ ਕੀ ਮਾਮਲਾ ਕੀ ਅੱਜ ਤੇ ਹੋਇਆ? ਮਾਮਲਾ ਇਹ ਤੇ ਵੀ ਦਿਨ ਬਾਦਾਂ ਮੇਰੇ ਕੋਲ ਕੰਮ ਕਰਦਾ 30 ਸਾਲ ਹੋ ਗਏ ਜੀ ਜੀ ਮੋਚੀ ਆਪਣੀ ਕੋਠੀ ਤੇ ਵੀ ਇਹ ਵਿੱਚ ਰੰਦਾ ਦਫਾ ਕੇ ਬੈਠ ਸੀ ਜੀ। ਤੇ ਸਾਡੇ ਜੀ ਕਾਗਜ਼ ਦੇ ਮਹੱਲੇ ਤੱਕ ਮੁੰਡਾ ਹੈਗਾ ਹਰਾਮੀ ਬਹੁਤ ਸਤਾਨ ਜੀ, ਪਤਾ ਨਹੀਂ ਕੌਣ ਹੈਗਾ, ਮੈਨੂੰ ਤਾਂ ਨਾਮ ਦਾ ਨਹੀਂ ਪਤਾ ਜੀ। ਤੇ ਉਹਨੂੰ ਇਹਨੂੰ ਲੈ ਕੇ ਆਇਆ ਸੀ ਜੀ, 7:30-8 ਵਜੇ ਕਾਲ ਨਿਕਲ ਆ ਗਿਆ ਤੇ ਮੈਂ ਨਿਕਲ ਆ ਗਿਆ ਤੇ ਉਹ ਲੱਭਦੇ ਨੇ ਉਹ ਕਿੱਥੇ ਗਿਆ ਜੀ। 1 ਸੈਕਿੰਡ ਸਰ। ਅੱਛਾ ਜੀ, ਜਿਦਾ ਕਿ ਤੁਸੀਂ ਕਿੱਦਾਂ ਦੇਖ ਰਹੇ ਹੋ ਸਰ ਕਿ ਇੱਕ ਲਾਪਰਵਾਹੀ ਵਰਤੀ ਗਈ ਹੈ, ਜਿਦਾ ਕਿ ਇੱਕ ਟਾਈਮ ਹੁੰਦਾ ਸਵਿਮਿੰਗ ਪੂਲ ਦਾ ਬੰਦ ਕਰਨਾ, ਸਵਿਮਿੰਗ ਪੂਲ ਹਾਂਜੀ ਜੀ ਹਾਂਜੀ ਹਾਂਜੀ ਇਨਫੋਰਮੇਸ਼ਨ ਇਹ ਹੀ ਪਤਾ ਲੱਗਾ ਸੀਗਾ ਕਿ ਸਿਵਲ ਸਕੂਲ ਦੇ ਵਿੱਚ ਬੱਚਾ ਮਰ ਗਿਆ ਡੁੱਬਣ ਦੇ ਨਾਲ। ਸਰ ਕਾਰਨ ਪਤਾ ਲੱਗਾ ਕਿੱਦਾਂ, ਡੈਥ ਕਿੱਦਾਂ ਹੋਈ ਬੱਚੇ? ਡੁੱਬ ਕੇ ਮਰਿਆ। ਦੱਸਿਆ ਜਿਹੜਾ 3 ਬੱਚੇ ਵੀ ਸੀਗੇ ਉਹਦੇ ਨਾਲ, ਉਹਦੇ ਬੱਚਿਆਂ ਬਾਰੇ? 1 ਮਿੰਟ ਭਾਜੀ ਭਾਜੀ 1 ਮਿੰਟ 1 ਮਿੰਟ ਉਹਦੇ ਬਾਰੇ ਬੱਚਿਆਂ ਬਾਰੇ ਅਜੇ ਪਤਾ ਨਹੀਂ ਲੱਗਾ ਸਾਨੂੰ, ਕੋਈ ਵੀ ਬੱਚੇ ਆਏ ਹੋਣਗੇ। ਪਰ ਤੂੰ ਕਹਿ ਰਹੇ ਕਿ ਕੱਪੜੇ ਵੀ ਉਹੀ ਬੱਚੇ ਲੈ ਕੇ ਗਏ ਆ ਘਰੋਂ ਦੇ, ਹੁਣ ਕਿੱਥੇ ਜਾ ਕਿੱਥੇ ਰਿਹਾ ਬੋਡੀ ਲੈ ਕੇ? ਸਿਵਲ ਹਸਪਤਾਲ ਚੱਲੇ ਆ, ਡੈਡ ਬੋਡੀ ਨੂੰ ਜਮ੍ਹਾਂ ਕਰਾਉਣਾ। ਕੀ ਕਾਰਵਾਈ ਕੀਤੀ ਜਾ? ਕਾਰਵਾਈ ਕਿਸ ਤਰ੍ਹਾਂ ਦੇ ਬਿਆਨ ਉਹ ਕਰਾਉਣਗੇ ਮਾਂ ਬਾਪ, ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਊਗੀ ਜੀ। ਕਿਹੜਾ ਥਾਣਾ ਕਿਹੜਾ ਪੈਂਦਾ? ਲਾਂਬੜਾ ਜੀ। ਠੀਕ ਹੈ।